हेलो दोस्तों, स्वागत है तुहाडा साडे यूट्यूब चैनल एग्जाम स्टडी विच। असीं लैके आए हां पंजाब इलैक्शन कानून वो जो हुण पेपर होया उहदी आंसर की है, तुसीं आंसर मिला सकते हो। ये पेपर बी है, अगर तुहाडा कोई होर कोड है तां वी तुसीं आ जाओ। प्रश्न ने जो सेम ही ने, जो सीरियल है वो नहीं मिलती, जो भी सीरियल है यदि मिलती नहीं है, प्रश्न सारे सेम ने। तो बी पेपर दे जो तुसी आंसर टिक कर सकते हो। 1 तो 45 सी जो जनरल अवेयरनेस सी। पहला प्रश्न सीगा, वेयर डिड गुरु नानक देव फाइनली सैटल डाउन, गुरु नानक देव जी ने अखीर कितने निवास किया। यदा जो सही आंसर है वो डी, करतारपुर। अगला प्रश्न सी, वैन वाज गुरु तेग बहादुर एक्सीक्यूटड, गुरु तेग बहादुर जी कदों शहीद होए सी। इहदा सही आंसर है जी बी, 1675। आइडेंटिफाई द लीडर ऑफ दल खालसा, इहदा सी जी बाबा दीप सिंह। इहदा सही आंसर है ए, बाबा दीप सिंह। वैन रणजीत सिंह वाज डिक्लेयर्ड द महाराजा ਔਫ ਪੰਜਾਬ, ਮਹਾਰਾਜ ਰਣਜੀਤ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਕਦੋਂ ਘੋਸ਼ਿਤ ਕੀਤਾ ਗਿਆ ਸੀ, ਜਿਵੇਂ ਕਿ 1799 ਵਿੱਚ ਉਹਨਾਂ ਨੇ ਜਿੱਤ ਪ੍ਰਾਪਤ ਕਰ ਲਈ ਸੀ ਅਤੇ 1801 ਵਿੱਚ ਉਹਨਾਂ ਨੂੰ ਮਹਾਰਾਜਾ ਘੋਸ਼ਿਤ ਕਰਤਾ ਸੀ। ਇਹਦਾ ਸਹੀ ਉੱਤਰ ਹੈ ਜਿਹੜਾ ਬੀ ਹੈ, AD 1801 ਵਿੱਚ। ਹੂ ਵਾਜ ਅਪੋਇੰਟਡ ਦ ਪ੍ਰੈਜੀਡੈਂਟ ਆਫ ਦ ਬੋਰਡ ਆਫ ਐਡਮਿਨਿਸਟ੍ਰੇਸ਼ਨ ਇਨ ਦਾ ਪੰਜਾਬ, ਪੰਜਾਬ ਵਿੱਚ ਪ੍ਰਸ਼ਾਸਨੀ ਬੋਰਡ ਦਾ ਸਭਾਪਤੀ ਕਿਸ ਨੂੰ ਨਿਯੁਕਤ ਕੀਤਾ ਗਿਆ ਸੀ? ਉਹ ਸੀ ਹੈਨਰੀ ਲਾਰੈਂਸ। ਸਹੀ ਉੱਤਰ ਇਹਦਾ ਏ। ਇਹ ਕੁਐਸਚਨ ਪੈਂਡਿੰਗ ਹੈ ਜੀ, 6 ਨੰਬਰ ਵਾਲਾ, ਇਹਦਾ ਆਂਸਰ ਨਹੀਂ ਮਿਲਿਆ ਹਜੇ। ਕਰਤਾਰ ਸਿੰਘ ਸਰਾਭਾ ਕੌਣ ਸੀ? ਹੂ ਵਾਜ ਕਰਤਾਰ ਸਿੰਘ ਸਰਾਭਾ, ਉਹ ਇੱਕ ਗਦਰੀ ਸੀ, ਗਦਰ ਲਹਿਰ ਨਾਲ, ਗਦਰ ਮੂਵਮੈਂਟ ਨਾਲ ਸੰਬੰਧਿਤ ਸੀ। ਹੂ ਵਾਜ ਦਾ ਲਾਸਟ ਪ੍ਰੀਮੀਅਰ ਆਫ ਦਾ ਯੂਨਾਈਟਡ ਪੰਜਾਬ, ਸਾਂਝੇ ਪੰਜਾਬ ਦਾ ਅੰਤਿਮ ਆਗੂ ਕੌਣ ਸੀ? ਇਹਦਾ ਸਹੀ ਉੱਤਰ ਸੀ ਹੈ ਜੀ, ਖਿਜਾਰ ਹਜ਼ਾਤ ਖਾਨ। ਅਗਲਾ ਪ੍ਰਸ਼ਨ ਹੈ ਜੀ, ਦਾ ਗੰਧਾਰ ਆਰਟ ਫਲੋਰਿਸ਼ਡ ਇਨ ਦਾ ਰੀਜਨ ਆਫ, ਜਿਹੜੀ ਗੰਧਾਰ ਕਲਾ ਦਾ ਖੇਤਰ ਕਿਸ ਖੇਤਰ ਵਿੱਚ ਵਿਕਸਿਤ ਹੋਈ ਸੀ? ਇਹਦਾ ਉੱਤਰ ਹੈ ਜੋ ਏ ਹੈ, ਮੁਲਤਾਨ ਅਤੇ ਝੰਗ ਵਿੱਚ। ਪੂਰਨ ਭਗਤ ਬਿਲੋਂਗ ਟੂ ਦਾ ਰੀਜਨ ਆਫ, ਪੂਰਨ ਭਗਤ ਇਸ ਖੇਤਰ ਨਾਲ ਸੰਬੰਧਿਤ ਸੀ, ਉਹ ਸੀ ਸਿਆਲਕੋਟ ਨਾਲ। ਝੂਮਰ ਡਾਂਸ ਡਾਂਸ ਇਜ਼ ਪਾਪੂਲਰ ਇਨ ਦਾ ਰੀਜਨ ਆਫ, ਜਿਹੜਾ ਝੂਮਰ ਨਾਚ ਹੈ ਉਹ ਇਸ ਖੇਤਰ ਵਿੱਚ ਪ੍ਰਸਿੱਧ ਹੈ? ਇਹਦਾ ਸਹੀ ਉੱਤਰ ਹੈ ਜੀ ਸੀ, ਸੰਦਲਬਾਰ ਵਿੱਚ। ਕਿੱਕਲੀ ਡਾਂਸ ਡਾਂਸ ਇਜ ਐਸੋਸੀਏਟਡ ਵਿਦ, ਕਿੱਕਲੀ ਨਾਚ ਸੰਬੰਧਿਤ ਹੈ ਲੜਕੀਆਂ ਨਾਲ? ਸਹੀ ਉੱਤਰ ਬੀ। ਦਾ ਪਟਿਆਲਾ ਘਰਾਣਾ ਇਜ ਐਸੋਸੀਏਟਡ ਵਿਦ, ਪਟਿਆਲਾ ਘਰਾਣਾ ਸੰਬੰਧਿਤ ਹੈ, ਇਹਦਾ ਸਹੀ ਉੱਤਰ ਹੈ ਜੀ ਇਹ, ਸੰਗੀਤ ਨਾਲ। ਤੀਆਂ ਇਜ ਏ ਫੈਸਟੀਵਲ ਆਫ, ਤੀਆਂ ਦਾ ਤਿਉਹਾਰ ਹੈ, ਵਾਢੀ ਦਾ, ਸੀਤ ਰੁੱਤ, ਸੀਤ ਸਰਦ ਰੁੱਤ ਦਾ ਜਾਂ ਬਸੰਤ ਰੁੱਤ ਦਾ ਜਾਂ ਬਰਸਾਤ ਰੁੱਤ ਦਾ? ਇਹਦਾ ਜੋ ਸਹੀ ਉੱਤਰ ਹੈ ਬਰਸਾਤ ਰੁੱਤ ਦਾ, ਕਿਉਂਕਿ ਸਾਉਣ ਦੇ ਮਹੀਨੇ 'ਚ ਤੀਆਂ ਲੱਗਦੀਆਂ, ਸਾਉਣ ਦਾ ਮਹੀਨਾ ਜੋ ਬਰਸਾਤ ਰੁੱਤ ਦਾ ਮਹੀਨਾ ਹੁੰਦਾ ਹੈ, ਇਸ ਲਈ ਇਹਦਾ ਸਹੀ ਉੱਤਰ ਹੈ ਜਿਹੜਾ ਸੀ ਹੈ। ਚੰਦਰ ਗ੍ਰਹਿਣ ਲੱਗਦਾ ਹੈ ਜਦੋਂ, ਧਰਤੀ ਸੂਰਜ ਅਤੇ ਚੰਦਰਮਾ ਵਿਚਕਾਰ ਹੁੰਦੀ ਹੈ? ਸਹੀ ਉੱਤਰ ਸੀ। ਹੀਰਾਕੁੰਡ ਡੈਮ ਇਜ਼ ਲੋਕੇਟਡ ਔਨ ਵਿੱਚ ਰਿਵਰ, ਹੀਰਾਕੁੰਡ ਡੈਮ ਕਿਸ ਨਦੀ 'ਤੇ ਸਥਿਤ ਹੈ? ਇਹ ਹੈ ਜੀ ਮਹਾਨਦੀ 'ਤੇ। ਸਹੀ ਉੱਤਰ ਏ। ਟੋਟਲ ਨੰਬਰ ਆਫ ਈਅਰ ਬੋਨਸ ਇਨ ਹਿਊਮਨਸ ਆਰ, ਮਨੁੱਖ ਜੋ ਮਨੁੱਖੀ ਕੰਨ ਹੈ ਉਸ ਵਿੱਚ ਹੱਡੀਆਂ ਦੀ ਸੰਖਿਆ, ਇਹਦੇ ਆਂਸਰ 2 ਬਣਦੇ ਜੀ। ਇਹਦਾ ਸਹੀ ਆਂਸਰ 6 ਹੈ, ਲੇਕਿਨ ਜੋ ਵੀ ਤੁਸੀਂ ਨੈੱਟ 'ਤੇ ਸਰਚ ਮਾਰੋਗੇ
ਤਾਂ ਇਹਨਾਂ ਨੇ ਉਸ ਵਿੱਚ ਹੈ ਜੋ ਤਿੰਨ ਹੱਡੀਆਂ ਦਾ ਜਿਹੜਾ ਰਾਈਟ ਆਨਸਰ ਦਿੱਤਾ ਹੋਇਆ ਹੈ। ਲੇਕਿਨ ਉਸ ਤੋਂ ਥੱਲੇ ਹੈ ਜੋ ਕੁਐਸਚਨ ਬਣਦਾ ਹੈ ਉਹਨਾਂ ਨੇ ਉਸੇ ਹੀ ਸਾਈਟ 'ਤੇ ਹੈ ਜੋ ਜੋ ਵੀ ਤੁਸੀਂ ਸਰਚ ਮਾਰੋਗੇ ਉਹ ਥੱਲੇ ਇਹਨਾਂ ਨੇ ਇੱਕ ਪ੍ਰਸ਼ਨ ਬਣਾ ਕੇ ਦੱਸਿਆ ਹੋਇਆ ਹੈ ਕਿ ਮਨੁੱਖੀ ਹਰਨ ਵਿੱਚ ਕੰਨ ਵਿੱਚ ਜੋ ਹੱਡੀਆਂ ਦੀ ਗਿਣਤੀ ਹੈ ਉਸ ਦੇ ਵਿੱਚ ਜੋ ਆਨਸਰ ਹੈ 6 ਦਿੱਤਾ ਹੋਇਆ ਹੈ। ਲੇਕਿਨ ਫਸਟ ਸਰਚ ਆ ਉਹ ਜਿਹੜੀ ਪਹਿਲੀ ਆਪਸ਼ਨ ਆ ਉਹਦੇ ਵਿੱਚ 3 ਦਿੱਤਾ ਹੋਇਆ, ਇਸ ਲਈ ਕਨਫਿਊਜ਼ਨ ਹੈ ਵੀ 6 ਸੀ ਜਾਂ 3 ਸੀ। ਮੁੱਖ ਆਹਾਰ ਵਿੱਚ ਪਾਲਸ ਕੀਤੇ ਚਾਵਲਾਂ ਦਾ ਉਪਭੋਗ ਕਰਨ ਨਾਲ ਲੋਕ ਪੀੜਿਤ ਹੁੰਦੇ ਹਨ, ਉਹ ਹੁੰਦੇ ਨੇ ਜੀ ਬੇਰੀ ਬੇਰੀ ਰੋਗ ਨਾਲ। ਇਹਦਾ ਸਹੀ ਉੱਤਰ ਸੀ ਹੈ। ਹੇਠਾਂ ਦਿੱਤੇ ਵਿੱਚੋਂ ਕੈਨੇਡਾ ਦੀ ਰਾਜਧਾਨੀ ਕਿਹੜੀ ਹੈ? ਵਿੱਚ ਆਫ ਦਾ ਫੋਲੋਇੰਗ ਇਜ਼ ਦਾ ਕੈਪੀਟਲ ਆਫ ਕੈਨੇਡਾ, ਉਹ ਹੈ ਜੀ ਓਟਾਵਾ। ਰਾਈਟ ਆਨਸਰ ਸੀ। ਅਗਲਾ ਪ੍ਰਸ਼ਨ ਹੈ ਜੀ, ਵਿੱਚ ਆਫ ਦਾ ਫੋਲੋਇੰਗ ਗੇਸਿਸ ਇਜ਼ ਇਨਸਾਈਡ ਐਨ ਇਲੈਕਟ੍ਰਿਕ ਬੱਲਬ, ਬਿਜਲੀ ਦੇ ਬੱਲਬ ਅੰਦਰ ਹੇਠਾਂ ਦਿੱਤੇ ਵਿੱਚੋਂ ਕਿਹੜੀ ਗੈਸ ਹੁੰਦੀ ਹੈ? ਇਹਦਾ ਸਹੀ ਉੱਤਰ ਹੈ ਜੀ ਬੀ, ਹੁੰਦੀ ਹੈ ਜੀ ਨਾਈਟ੍ਰੋਜਨ। ਗੋਬਰ ਗੈਸ ਕੰਟੇਨਸ ਮੈਨਲੀ, ਗੋਬਰ ਗੈਸ ਵਿੱਚ ਮੁੱਖ ਤੌਰ 'ਤੇ ਸ਼ਾਮਿਲ ਹੁੰਦਾ ਹੈ, ਇਹਦਾ ਸਹੀ ਉੱਤਰ ਹੈ ਜੀ ਬੀ ਮਥੇਨ। ਕੋਟਨ ਫਾਈਬਰ ਇਜ਼ ਓਬਟੇਨਡ ਫਰੋਮ ਦਾ, ਸੂਤ ਧਾਗਾ ਪ੍ਰਾਪਤ ਹੁੰਦਾ ਜੀ, ਇਹ ਸਹੀ ਉੱਤਰ ਹੈ ਸੀ ਫੁੱਲ ਤੋਂ, ਜੋ ਕਿ ਕਪਾਹ ਦਾ ਫੁੱਲ ਹੁੰਦਾ ਹੈ ਜਾਂ ਨਰਮੇ ਦਾ, ਸਹੀ ਉੱਤਰ ਹੈ ਸੀ। ਅਗਰ ਤੁਸੀਂ ਸਰਚ ਮਾਰੋਗੇ ਤਾਂ ਤੁਹਾਡੇ ਅੱਗੇ ਉਹ ਨਰਮੇ ਦਾ ਫੁੱਲ ਹੀ ਆਏਗਾ। ਦਾ ਟ੍ਰੋਪਿਕ ਆਫ ਕੈਂਸਰ ਡਜ਼ ਨੋਟ ਪਾਸ ਥਰੂ ਵਿੱਚ ਆਫ ਦਾ ਫੋਲੋਇੰਗ ਸਟੇਟਸ, ਕਰਕ ਰੇਖਾ ਹੇਠਾਂ ਦਿੱਤੇ ਵਿੱਚ ਕਿਹੜੇ ਰਾਜ ਵਿੱਚੋਂ ਨਹੀਂ ਲੰਘਦੀ? ਉਹ ਜੀ ਮਹਾਰਾਸ਼ਟਰ ਵਿੱਚੋਂ, ਬਾਕੀ ਗੁਜਰਾਤ, ਮੱਧ ਪ੍ਰਦੇਸ਼, ਤ੍ਰਿਪੁਰਾ, ਇਸ ਦੇ 8 ਰਾਜ ਨੇ ਜੋ ਲੰਘਦੀ ਹੈ, ਮਹਾਰਾਸ਼ਟਰ ਦੇ ਰਾਜ ਵਿੱਚੋਂ ਹੈ ਜੋ ਕਰਕ ਰੇਖਾ ਨਹੀਂ ਲੰਘਦੀ, ਇਸ ਲਈ ਇਹਦਾ ਸਹੀ ਉੱਤਰ ਜਿਹੜਾ ਏ ਹੈ। ਵਜਰ ਪ੍ਰਹਾਰ ਭਾਰਤ ਦੇ ਕਿਹੜੇ ਦੇਸ਼ ਨਾਲ ਸੰਯੁਕਤ ਮਿਲਟਰੀ ਅਭਿਆਸ ਹੈ? ਇਹ ਪ੍ਰਸ਼ਨ ਹੈ ਜੋ ਇਹਦੇ ਅਲੱਗ ਅਲੱਗ ਆਨਸਰ ਨੇ ਜੀ, ਇਹਨਾਂ ਨੇ ਕੋਈ ਟਾਈਮਿੰਗ ਨਹੀਂ ਪੁੱਛੀ। ਇਹਦਾ 2010 ਦਾ ਦੇਖਿਆ ਜਾਵੇ ਤਾਂ USA ਬਣਦਾ ਹੈ, ਜੇ 2017 ਦਾ ਦੇਖਿਆ ਜਾਵੇ ਮਿਲਟਰੀ ਅਭਿਆਸ ਤਾਂ ਜੋਧਪੁਰ ਹੈ। ਇਸ ਕਰਕੇ ਇਹ ਹੋਰ ਵੀ ਡੇਟਾਂ 'ਚ ਨੇ, ਜਿਵੇਂ 10 ਹੋ ਗਿਆ, 17 ਹੋ ਗਿਆ, ਇੱਕ ਦੋ ਡੇਟਾਂ ਹੋਰ ਨੇ, ਤੁਸੀਂ ਨੈੱਟ 'ਤੇ ਸਰਚ ਮਾਰ ਕੇ ਵੀ ਦੇ ਸਕਦੇ ਹੋ, ਪਰ ਉਸ ਹਿਸਾਬ ਨਾਲ ਇਹ 'ਚ ਆਪਸ਼ਨ ਹੈ, ਕਿਉਂਕਿ ਇਹ 'ਚ ਆਪਸ਼ਨ ਹੈ ਜੋਧਪੁਰ ਦੀ ਤਾਂ ਹੈ ਨਹੀਂ, 2010 ਦੇ ਹਿਸਾਬ ਨਾਲ USA ਦੀ ਹੈ, ਤਾਂ ਸੰਯੁਕਤ ਰਾਜ ਅਮਰੀਕਾ ਇਹਦਾ ਆਨਸਰ ਹੋਣਾ ਜੀ। ਫੋਲੋ ਔਨ ਇਜ਼ ਦਾ ਟਰਮ ਐਸੋਸੀਏਟਡ ਵਿਦ ਵਿੱਚ ਆਫ ਦਾ ਫੋਲੋਇੰਗ ਸਪੋਰਟਸ, ਫੋਲੋ ਔਨ ਸ਼ਬਦ ਹੇਠਾਂ ਵਿੱਚੋਂ ਕਿਹੜੀ ਖੇਡ ਨਾਲ ਸੰਬੰਧਿਤ ਹੈ? ਉਹ ਜੀ ਕ੍ਰਿਕਟ ਨਾਲ, ਇਹਦਾ ਜਿਹੜਾ ਸਹੀ ਉੱਤਰ ਹੈ ਸੀ ਹੈ। ਕਈਆਂ ਨੇ ਕੁਸ਼ਤੀ ਲਗਾਇਆ ਜੀ, ਉਹ ਗਲਤ ਹੈ, ਕ੍ਰਿਕਟ ਆਨਸਰ ਰਾਈਟ ਹੈ, ਜੋ ਵੀ ਆਨਸਰ ਕੱਢੇ ਨੇ ਨੈੱਟ ਤੋਂ ਕੱਢੇ ਨੇ ਸਰਚ ਮਾਰ ਕੇ। ਅਗਲੀ ਵੀਡੀਓ 'ਚ ਜੀ ਅਗਲੇ ਕੁਐਸਚਨ ਦੇ ਆਨਸਰ ਜਲਦੀ ਲੈ ਕੇ ਆਵਾਂਗੇ, ਤਦ ਤੱਕ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ ਜੀ।